ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸ਼ਹਿਰ ਲੁਧਿਆਣਾ ਸ਼ਿਮਲਾਪੁਰੀ ਦਾ ਰਹਿਣ ਵਾਲਾ ਵਾਂ ਅਤੇ ਮੈਨੂੰ ਪਿਛਲੇ ਕੁਝ ਕੁ ਸਾਲਾਂ ਤੋਂ 5 ਕੁ ਸਾਲਾਂ ਤੋਂ ਨਸ਼ੇ ਚਿੱਟੇ ਦੀ ਲੱਤ ਲੱਗ ਗਈ। ਲੱਤ ਕਿਸੇ ਯਾਰ ਦੋਸਤ ਨੇ ਮੈਨੂੰ ਚਿੱਟਾ ਪੀਣ 'ਤੇ ਲਾਤਾ ਅਤੇ ਇਸ ਹੌਲੀ ਹੌਲੀ ਚਿੱਟਾ ਪੀਂਦੇ 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 ਇਸ ਟਾਈਮ ਮੇਰੀ ਨੌਬਤ ਇਹ ਆ ਚੁੱਕੀ ਹੈ ਭੈਣ ਸਾਹਿਬ ਕਿ ਨਸ਼ਾ ਚਿੱਟਾ ਮੇਰੀ ਰਗ ਰਗ ਦੇ ਵਿੱਚ ਵੱਸ ਚੁੱਕਿਆ ਵਾ। ਮੈਂ ਛੱਡਣ ਦੀ ਕੋਸ਼ਿਸ਼ ਕਰਦਾ, ਮੇਰੇ ਤੋਂ ਨਹੀਂ ਛੁੱਟਦਾ ਭੈਣ ਸਾਹਿਬ। ਮੈਂ ਨਸ਼ਾ ਛੱਡਣ ਦੀ ਕੋਸ਼ਿਸ਼ ਕਰਦਾ, ਮੇਰੇ ਤੋਂ ਨਹੀਂ ਛੁੱਟਦਾ। ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਮਾਵਾਂ ਦੇ ਪੁੱਤ ਬਲੀ ਚੜ੍ਹ ਚੁੱਕੇ ਆ, ਇੱਕ ਇੱਕ ਕਰਕੇ ਮਾਵਾਂ ਦੇ ਪੁੱਤ ਬਲੀ ਚੜ੍ਹ ਰਹੇ ਆ ਭੈਣ ਸਾਹਿਬ। ਕਈ ਤਾਂ ਮਾਵਾਂ ਦੇ ਪੁੱਤ ਇਸ ਜਹਾਨ ਤੋਂ ਨਸ਼ਾ ਕਰਕੇ ਤੁਰ ਗਏ ਅਤੇ ਕਈ ਆ ਪ੍ਰਸ਼ਾਸਨ ਨੇ ਸਗੋਂ ਨਸ਼ੇੜੀਆਂ ਦਾ ਨਸ਼ਾ ਛਡਾਉਣ ਦੀ ਬਜਾਏ ਉਹਨਾਂ 'ਤੇ ਪਰਚੇ ਪਾ ਪਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕ ਰਹੇ ਆ। ਕਈ ਮਾਵਾਂ ਦੇ ਪੁੱਤ ਉੱਦਾਂ ਜੇਲ੍ਹਾਂ 'ਚ ਡੱਕ ਤੇ, ਕਈ ਮਾਵਾਂ ਦੇ ਪੁੱਤ ਉੱਦਾਂ ਜਹਾਨ ਤੋਂ ਤੁਰ ਗਏ, ਪਰ ਕੋਈ ਹੱਲ ਨਹੀਂ ਹੋ ਰਿਹਾ, ਕੋਈ ਇਲਾਜ ਨਹੀਂ ਹੋ ਰਿਹਾ ਇਸ ਚੀਜ਼ ਦਾ। ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਠੱਲ ਨਹੀਂ ਪਾਈ ਜਾ ਰਹੀ, ਸਗੋਂ ਉਲਟਾ ਜਿਹੜੇ ਨਸ਼ਾ ਕਰਦੇ ਆ ਉਹਨਾਂ 'ਤੇ ਪਰਚਾ ਪਾ ਕੇ ਉਹਨਾਂ ਨੂੰ ਅੰਦਰ ਭੇਜ ਦਿੱਤਾ ਜਾਂਦਾ। ਜਿਹੜੇ ਨਸ਼ਾ ਵੇਚਦੇ ਆ ਉਹ ਸ਼ਰੇਆਮ ਫਿਰ ਵੀ ਨਸ਼ਾ ਵੇਚ ਰਹੇ ਆ, ਉਹਨਾਂ ਨੂੰ ਡਰ ਹੀ ਨਹੀਂ ਕਿਸੇ ਚੀਜ਼ ਦਾ। ਉਹ ਕਹਿੰਦੇ ਅਸੀਂ ਕਾਨੂੰਨ ਨੂੰ, ਪੁਲਿਸ ਨੂੰ ਰੁਪਈਆ ਭਰਦੇ ਹਾਂ, ਹਫ਼ਤਾ ਭਰਦੇ ਹਾਂ, ਮਹੀਨਾ ਭਰਦੇ ਹਾਂ ਅਸੀਂ ਕਾਨੂੰਨ ਨੂੰ, ਆਪਣੇ ਜੋ ਨੇੜੇ ਥਾਣੇ ਲੱਗਦੇ ਆ ਉਹਨਾਂ ਨੂੰ ਹਫ਼ਤਾ ਭਰਦੇ ਹਾਂ, ਅਸੀਂ ਮਹੀਨਾ ਦਿੰਦੇ ਹਾਂ, ਉਹ ਸਾਨੂੰ ਕਿਵੇਂ ਫੜ ਲੈਣਗੇ। ਉਹ ਸ਼ਰੇਆਮ ਚਿੱਟਾ ਵੇਚ ਰਹੇ ਆ ਭੈਣ ਸਾਹਿਬ, ਸ਼ਰੇਆਮ ਚਿੱਟਾ ਵੇਚ ਰਹੇ ਆ। ਕਿਸੇ ਦਾ ਉਹਨਾਂ ਨੂੰ ਕੋਈ ਡਰ ਨਹੀਂ, ਕਿਸੇ ਪ੍ਰਸ਼ਾਸਨ ਦਾ ਡਰ ਨਹੀਂ, ਕਿਸੇ ਕਾਨੂੰਨ ਦਾ ਡਰ ਨਹੀਂ। ਸ਼ਰੇਆਮ ਜਨਾਨੀਆਂ, ਸ਼ਰੇਆਮ ਬੰਦੇ ਚਿੱਟਾ ਵੇਚ ਰਹੇ ਆ, ਰੁਪਈਏ ਕਮਾ ਰਹੇ ਆ, ਅਗਲਿਆਂ ਨੇ ਬਿਜ਼ਨਸ ਬਣਾਏ ਹੋਏ ਆ ਇਸ ਕੰਮ ਨੂੰ। ਸਾਡੇ ਵਰਗੇ ਮਾਵਾਂ ਦੇ ਪੁੱਤ ਬਲੀ ਚੜ੍ਹ ਰਹੇ ਆ, ਘਾਟਾ ਕਿਹਨੂੰ ਪੈ ਰਿਹਾ? ਪੰਜਾਬ ਦੀਆਂ ਮਾਵਾਂ ਨੂੰ ਘਾਟਾ ਪੈ ਰਿਹਾ, ਜਿਹੜੀ ਆਪਣੇ ਹੱਥੋਂ ਆਪਣੇ ਪੁੱਤ ਗਵਾ ਰਹੀ ਆ ਵਾ, ਆਪਣੇ ਪੁੱਤ ਇਸ ਜਹਾਨ ਤੋਂ ਤੋਰ ਰਹੀ ਆ, ਅਤੇ ਕਈਆਂ ਦੇ ਪੁੱਤ ਜੇਲ੍ਹਾਂ 'ਚ ਜਾ ਰਹੇ ਆ। ਇਹ ਪੰਜਾਬ ਇੱਕ ਇੱਕ ਕਰਕੇ, ਇੱਕ ਇੱਕ ਕਰਕੇ ਨੌਜਵਾਨ ਬਰੀ ਚੜ੍ਹ ਰਹੇ ਆ, ਨੌਜਵਾਨ ਨਸ਼ੇ ਦੀ ਬਰੀ ਚੜ੍ਹ ਰਹੇ ਆ। ਬੈਂਸ ਸਾਹਿਬ ਬਚਾਲੋ, ਬਚਾਲੋ ਬੈਂਸ ਸਾਹਿਬ, ਮੈਂ ਪਿੱਟ ਪਿੱਟ ਕੇ ਕਹਿ ਰਿਹਾ ਆਪਣੇ ਪੰਜਾਬ ਨੂੰ, ਬਚਾਲੋ ਸਾਡੇ ਪੰਜਾਬ ਨੂੰ। ਕਿਤੇ ਅਸੀਂ ਸ਼ੁਰੂ ਤੋਂ ਹੀ ਤੈਨੂੰ ਜੰਮਦੇ ਤਾਂ ਨਹੀਂ ਚਿੱਟਾ ਪੀਂਦੇ ਸੀ, ਜੰਮਦੇ ਤਾਂ ਨਹੀਂ ਨਸ਼ਾ ਕਰਦੇ ਸੀ ਅਸੀਂ। ਅਸੀਂ ਜੇ ਇੱਥੇ ਪੰਜਾਬ ਦੇ ਵਿੱਚ ਸਰਕਾਰਾਂ ਨੇ ਚਿੱਟਾ ਲਿਆਂਦਾ ਤਾਂ ਪੀਣ ਲੱਗੇ ਹਾਂ ਅਸੀਂ, ਜੇ ਇਸ ਚਿੱਟਾ ਆਉਂਦਾ ਹੀ ਨਾ ਪੰਜਾਬ ਸ਼ਹਿਰ ਦੇ ਵਿੱਚ, ਮਰ ਗਏ ਬਾਦਲ, ਬਾਦਲਾਂ ਨੇ ਚਿੱਟਾ ਲਿਆਂਦਾ, ਮਜੀਠੀਏ ਨੇ ਚਿੱਟਾ ਲਿਆਂਦਾ, ਮਰ ਜੇ ਬਾਦਲ, ਸਾਰਾ ਟੱਬਰ ਉਹਦਾ ਰੁੜ ਜਾਵੇ, ਉਹਨੂੰ ਪਤਾ ਲੱਗੇ ਕਿਵੇਂ ਮਾਵਾਂ ਦੇ ਪੁੱਤ ਉੱਥੇ ਰੁੜਦੇ ਆ। ਦੱਸੋ ਮੇਰਾ ਪਿਓ, 300 ਰੁਪਈਆ ਮੇਰਾ ਪਿਓ ਕਮਾਉਂਦਾ, 300 ਰੁਪਈਆ ਮੇਰੇ ਪਿਓ ਦੀ ਦਿਹਾੜੀ ਆ, ਉਹਦੇ ਇੱਕ ਪਾਸਾ ਪੂਰਾ ਲੱਤ ਬਾਂਹ ਮੇਰੇ ਪਿਓ ਦੀ ਕੰਬਦੀ ਆ, ਦੱਸੋ ਮੈਨੂੰ 300 ਰੁਪਈਆ ਕਮਾ ਕੇ ਸਾਡਾ ਘਰ ਪਾਲੇ ਕਿ ਮੈਨੂੰ ਚਿੱਟੇ ਦਾ ਨਸ਼ਾ ਦੇਵੇ, ਦੱਸੋ ਬੈਂ ਸਾਹਿਬ, ਉਹ ਮੈਨੂੰ 300 ਰੁਪਈਆ ਕਮਾ ਕੇ ਸਾਡਾ ਘਰ ਪਾਲੇ ਕਿ ਮੈਨੂੰ ਚਿੱਟਾ ਦੇਵੇ, ਉਹ ਲਿਆ ਕੇ ਅਸੀਂ ਕੀ ਕਰੀਏ ਬੈਂ ਸਾਹਿਬ, ਦੱਸੋ ਕੋਈ ਕਿੱਥੇ ਜਾਈਏ, ਸਾਨੂੰ ਇਨਸਾਫ ਚਾਹੀਦਾ ਬੈਂ ਸਾਹਿਬ। ਕੁਝ 10 ਤਰੀਕ ਨੂੰ ਮੈਂ ਨਸ਼ੇ ਦੀ ਮੈਨੂੰ ਇੰਨੀ ਜ਼ਿਆਦਾ ਤੋੜ ਲੱਗੀ ਹੋਈ ਸੀ, ਮੇਰੇ ਤੋਂ ਨਹੀਂ ਬਰਦਾਸ਼ਤ ਹੋ ਰਿਹਾ ਸੀ, ਅਤੇ ਮੈਂ ਇੱਕ ਚੋਰੀ ਕੀਤੀ ਜਿਹਦੇ ਵਿੱਚ ਸਾਰਿਆਂ ਨੇ ਵੀਡੀਓ ਮੇਰੀ ਵਾਇਰਲ ਹੋਈ ਆ, ਦੇਖਿਆ ਕਿ ਮੈਂ ਮੋਟਰਸਾਈਕਲ 'ਤੇ ਆਉਂਦਾ, ਪਰਸ ਖੋਹ ਕੇ ਲੈ ਕੇ ਜਾਂਦਾ, ਉਸ ਪਰਸ ਦੇ ਵਿੱਚ ਬੈਂਸ ਸਾਹਿਬ ਝੂਠ ਨਹੀਂ ਬੋਲਦਾ, ਮੈਂ ਸੱਚ ਦੋ ਵੇਲੇ ਬੱਥੇ ਲੱਗਦੇ ਆ, ਉਸ ਪਰਸ ਦੇ ਵਿੱਚ 2000 ਰੁਪਈਆ ਸੀ, ਉਹਦਾ ਮੈਂ ਨਸ਼ਾ ਕੀਤਾ ਤਾਂ ਜਾ ਕੇ ਮੈਨੂੰ ਸਕੂਨ ਮਿਲਿਆ, ਮੈਂ ਨਸ਼ਾ ਕੀਤਾ ਤਾਂ ਜਾ ਕੇ ਮੈਨੂੰ ਸਕੂਨ ਮਿਲਿਆ, ਅਤੇ ਮੈਂ ਗਲਤੀ ਮੰਨਦਾ, ਮੈਂ ਨਸ਼ੇ ਦੀ ਤੋੜ ਦੇ ਵਿੱਚ ਇਹ ਕੁਝ ਕੀਤਾ ਬੈਂਸ ਸਾਹਿਬ, ਮੈਂ ਨਸ਼ੇ ਦੀ ਤੋੜ ਦੇ ਵਿੱਚ ਇਹ ਕੁਝ ਕੀਤਾ। ਉਹ ਮੇਰੀ ਭੈਣਾਂ ਵਰਗੀ, ਜਿਹਦਾ ਮੈਂ ਖੋਹ ਕੇ ਲੈ ਕੇ ਗਿਆ, ਮੇਰੀਆਂ ਵੀ ਭੈਣਾਂ, ਉਹ ਮੇਰੀਆਂ ਭੈਣਾਂ ਵਰਗੀਆਂ, ਮੇਰੀਆਂ ਮਾਵਾਂ ਵਰਗੀਆਂ, ਮੈਂ ਉਹ ਤੋਂ ਗਲਤੀ ਮੰਗਦਾ, ਪੈਰੀ ਹੱਥ ਲਾਉਂਦਾ, ਮੈਂ ਸਾਰੇ
ਪੰਚਾਇਤ ਦੇ ਵਿੱਚ ਗਲਤੀ ਮੰਨਣ ਨੂੰ ਤਿਆਰ ਹਾਂ, ਮੇਰੇ ਤੋਂ ਗਲਤੀ ਹੋਈ ਆ, ਪਰ ਹੁਣ ਮੈਨੂੰ ਜਾਨੋਂ ਮਾਰ ਦਿਓ ਵੈਂ ਸਾਹਿਬ। ਫਿਰ ਹੁਣ ਜੇ ਕਾਨੂੰਨ ਮੇਰੇ ਘਰਦਿਆਂ ਨੂੰ ਧਮਕੀਆਂ ਦੇ ਰਿਹਾ ਵਾ ਕਿ ਮੁੰਡਾ ਲਿਆਓ, ਨਹੀਂ ਤਾਂ ਤੁਹਾਨੂੰ ਕਰ ਦਾਂਗੇ, ਤੁਹਾਡੇ 'ਤੇ ਪਰਚਾ ਪਾ ਦਾਂਗੇ ਅਸੀਂ। ਦੱਸੋ ਤਾਂ ਸਹੀ ਵੈਂ ਸਾਹਿਬ, ਅਸੀਂ ਕਿੱਥੇ ਜਾਈਏ? ਸਾਨੂੰ ਇਨਸਾਫ ਚਾਹੀਦਾ ਵੈਂ ਸਾਹਿਬ, ਸਾਨੂੰ ਇਨਸਾਫ ਚਾਹੀਦਾ। ਇਸ ਨਸ਼ੇ ਦੀ ਦਲਦਲ 'ਚੋਂ ਪੰਜਾਬ ਨੂੰ ਕੱਢ ਲਓ ਵੈਂ ਸਾਹਿਬ। ਇੱਕ ਇੱਕ ਕਰਕੇ ਮਾਵਾਂ ਦੇ ਪੁੱਤ ਬਲੀ ਚੜ੍ਹ ਰਹੇ ਆ, ਮੇਰੇ 'ਤੇ ਪਰਚਾ ਪਾ ਦੇਣਗੇ, ਮੈਨੂੰ ਜੇਲ੍ਹ ਭੇਜ ਦੇਣਗੇ, ਪਰ ਫਿਰ ਵੀ ਕੋਈ ਹੱਲ ਨਹੀਂ ਹੋਣਾ। ਇਹ ਨਸ਼ਾ ਤਸਕਰਾਂ ਨੂੰ ਜੇ ਤੁਸੀਂ ਫੜੋ ਨਾ, ਨਸ਼ਾ ਤਸਕਰਾਂ ਨੂੰ ਬੰਦ ਕੀਤਾ ਜਾਵੇ ਤਾਂ ਠੱਲ ਪੈਣੀ ਆ ਆਪਣੇ ਪੰਜਾਬ ਨੂੰ। ਉੱਥੇ ਇੱਕ ਇੱਕ ਕਰਕੇ ਮਾਵਾਂ ਦੇ ਪੁੱਤ ਬਲੀ ਚੜ੍ਹ ਰਹੇ ਆ, ਇੱਕ ਇੱਕ ਕਰਕੇ। ਹੁਣ ਦੱਸੋ ਅਸੀਂ ਕਿੱਥੇ ਜਾਈਏ? ਜੇ ਅਸੀਂ ਨਹੀਂ, ਚਿੱਟੇ ਦਾ ਨਸ਼ਾ ਮੈਂ ਨਹੀਂ ਪੀਂਦਾ ਤਾਂ ਮੈਂ ਮਰਦਾ। ਆਹ ਦੇਖੋ ਮੈਂ ਟੀਕੇ ਲਗਾਉਣਾ, ਦੇਖੋ ਆਹ ਦੇਖੋ ਮੈਂ ਟੀਕੇ ਲਾਉਣਾ ਵੈਂ ਸਾਹਿਬ, ਮੈਂ ਟੀਕੇ ਲਾਉਣਾ ਵਾ। ਮੈਂ ਕੀ ਕਰਾਂ? ਮੈਂ ਇਕੱਲਾ ਇਕੱਲਾ ਚੁਕਾਉਣ ਨੂੰ ਤਿਆਰ ਹਾਂ, ਇਕੱਲੇ ਇਕੱਲੇ ਨੂੰ ਮੈਂ ਘਰੋਂ ਚੁਕਾਉਣ ਨੂੰ ਤਿਆਰ ਹਾਂ। ਮੈਂ ਤੁਹਾਡੇ ਨਾਲ ਹਾਂ ਵੈਂ ਸਾਹਿਬ, ਮੈਂ ਤੁਹਾਡੇ ਨਾਲ ਹਾਂ। ਇਸ ਪੰਜਾਬ ਨੂੰ ਸੋਨੇ ਦੀ ਚਿੜੀ, ਪੰਜਾਬ ਨੂੰ ਕਹਿੰਦੇ ਸੀ ਸੋਨੇ ਦੀ ਚਿੜੀ ਆ, ਅੱਜ ਚਿੱਟੇ ਦੀ ਚਿੜੀ ਬਣ ਗਿਆ। ਜਿਹੜਾ ਸੋਨੇ ਦੀ ਚਿੜੀ ਪੰਜਾਬ ਸੀ, ਅੱਜ ਚਿੱਟੇ ਦੀ ਚਿੜੀ ਬਣ ਚੁੱਕਿਆ ਵਾ। ਅਤੇ ਜਿੰਨੇ ਮੇਰੇ ਭਰਾ, ਕਿਤੇ ਮੈਂ ਇਕੱਲਾ ਨਹੀਂ, ਮੇਰੇ ਵਰਗੇ ਹੋਰ ਮਾਵਾਂ ਦੇ ਪੁੱਤ ਵੀ, ਜਿਨ੍ਹਾਂ ਨੂੰ ਘਰੋਂ ਨਹੀਂ ਪੈਸੇ ਮਿਲਦੇ, ਅਗਲੇ ਚੋਰੀਆਂ ਕਰਦੇ ਆ, ਚੋਰੀਆਂ ਕਰਦੇ ਆ ਅਗਲੇ, ਤਾਂ ਜਾ ਕੇ ਨਸ਼ਾ ਕਰਦੇ ਆ। ਮੈਂ ਤਾਂ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਕੋਈ ਇਹ ਕੰਮ ਕੀਤਾ ਤਾਂ ਮੈਂ ਪਹਿਲੀ ਵਾਰ ਹੀ ਫੜਿਆ ਜਾ ਚੁੱਕਿਆ ਵਾਂ, ਮੇਰੀ ਗਲਤੀ ਸਾਰੇ ਲੋਕਾਂ ਸਾਹਮਣੇ ਆ ਗਈ ਆ। ਮੰਨਣ ਨੂੰ ਤਿਆਰ ਹਾਂ ਮੈਂ ਕੀਤਾ, ਮੈਂ ਨਸ਼ੇ ਦੀ ਤੋੜ ਦੇ ਵਿੱਚ ਕੀਤਾ, ਪਰ ਹੁਣ ਮੈਨੂੰ ਜਾਨੋਂ ਮਾਰ ਦਿੱਤਾ ਜਾਵੇ, ਇਹਦਾ ਇਹ ਇਲਾਜ ਆ? ਮੇਰੀ ਮਾਂ ਦਾ ਪੁੱਤ, ਮੈਂ ਇਕੱਲਾ ਇਕੱਲਾ ਆਪਣੇ ਘਰਦਿਆਂ ਦਾ ਮੁੰਡਾ ਵਾਂ, ਇਕੱਲਾ ਇਕੱਲਾ। ਜੇ ਮੈਨੂੰ ਜੇਲ੍ਹ ਵੀ ਤੁਸੀਂ ਭੇਜ ਦਿੰਦੇ ਆ ਤਾਂ ਮੇਰੀ ਮਾਂ ਦੇ ਤਾਂ ਉਦਾਂ ਹਾਲ ਮਾੜਾ ਹੋ ਗਿਆ। ਸਾਨੂੰ ਨਸ਼ੇੜੀਆਂ ਨੂੰ ਜੇਲ੍ਹ ਭੇਜਣ ਦੀ ਬਜਾਏ ਸਾਡਾ ਇਲਾਜ ਕੀਤਾ ਜਾਵੇ, ਸਾਨੂੰ ਨਸ਼ੇੜੀਆਂ ਨੂੰ ਇਲਾਜ ਕੀਤਾ ਜਾਵੇ, ਅਤੇ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਠੱਲ ਪਾਈ ਜਾਵੇ, ਤਾਂ ਜਾ ਕੇ ਇਸ ਪੰਜਾਬ ਦਾ ਬਚਾਅ ਹੋ ਸਕਦਾ ਵਾ। ਨਹੀਂ ਤਾਂ ਇੱਕ ਇੱਕ ਕਰਕੇ ਮੇਰੇ ਵਰਗੇ ਕਈ ਨਹੀਂ, ਤਾਂ ਮੇਰੀ ਇਸ ਸਾਡੇ ਘਰ 'ਚ ਇੱਕ ਨਹੀਂ, ਮੈਂ ਇਕੱਲਾ ਨਹੀਂ, ਸਾਡੇ ਘਰ 'ਚ 3 ਮੌਤਾਂ ਹੋਣਗੀਆਂ, ਮੇਰੀ ਮਾਂ, ਮੇਰਾ ਪਿਓ, ਮੈਂ। ਸਾਡੀ 3 ਦੀ ਮੌਤਾਂ ਦਾ ਜ਼ਿੰਮੇਵਾਰ ਉਹ ਪਰਿਵਾਰ ਹੋਵੇਗਾ ਜਿਹਨੂੰ ਅਸੀਂ ਵਾਰ ਵਾਰ ਕਹਿ ਰਹੇ ਹਾਂ ਕਿ ਸਾਡੇ ਤੋਂ ਗਲਤੀ ਹੋ ਗਈ ਭਾਈ, ਮੁੰਡਾ ਸਾਡਾ ਨਸ਼ਾ ਕਰਦਾ, ਨਸ਼ੇ ਕਰਕੇ ਉਹ ਤੋਂ ਗਲਤੀ ਹੋ ਗਈ, ਜੋ ਤੁਹਾਡਾ ਨੁਕਸਾਨ ਹੋਇਆ, ਜੋ ਤੁਹਾਡਾ ਸਮਾਨ ਆ, ਅਸੀਂ ਹਰਜਾਨਾ ਭਰਨ ਨੂੰ ਤਿਆਰ ਹਾਂ। ਜੇ ਫਿਰ ਅਸੀਂ ਇਹਨੂੰ ਸਜ਼ਾ ਦਿਵਾਉਣੀ ਆ ਤਾਂ ਸਜ਼ਾ ਦਿਵਾਉਣੀ ਆ, ਤਾਂ ਸਾਡੇ ਘਰ ਦੇ ਵਿੱਚ ਸਜ਼ਾ ਤਾਂ ਤੁਸੀਂ ਦਵਾ ਦੋਗੇ, ਪਰ ਸਾਡੇ ਘਰ ਦੇ ਵਿੱਚ 3 ਮੌਤਾਂ ਹੋਣਗੀਆਂ, 3 ਮੌਤਾਂ ਦੇ ਜ਼ਿੰਮੇਵਾਰ ਉਹ ਪਰਿਵਾਰ ਹੋਊਗਾ ਅਤੇ ਨਾਲ ਪ੍ਰਸ਼ਾਸਨ ਹੋਊਗਾ। ਤੁਸੀਂ ਦੱਸੋ ਤਾਂ ਸਹੀ ਸਾਨੂੰ, ਅਸੀਂ ਕਰੀਏ ਕੀ? ਮੈਂ ਨਸ਼ਾ, ਮੇਰਾ ਸਾਡਾ ਨਸ਼ਾ ਨਸ਼ੇੜੀਆਂ ਦਾ ਛਡਾਇਆ ਜਾਵੇ, ਸਾਨੂੰ ਕਿਸੇ ਸੈਂਟਰ ਦਾ ਖੋਲ੍ਹਿਆ ਜਾਵੇ ਸਰਕਾਰ ਵੱਲੋਂ, ਸਾਡਾ ਪ੍ਰੋਪਰ ਇਲਾਜ ਕੀਤਾ ਜਾਵੇ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਠੱਲ ਪਾਈ ਜਾਵੇ, ਤਾਂ ਜਾ ਕੇ ਇਸ ਪੰਜਾਬ ਦਾ ਕੁਛ ਹੋ ਸਕਦਾ। ਵੈਂ ਸਾਹਿਬ ਇਸ ਪੰਜਾਬ ਨੂੰ ਬਚਾ ਲਓ, ਨਹੀਂ ਤਾਂ ਮੇਰੇ ਵਰਗੇ ਭਰਾ ਪਤਾ ਨਹੀਂ ਕਿੰਨੇ ਕਸੂਲੀ ਚੜ੍ਹਨੇ ਆ, ਕਿੰਨੇ ਕਸੂਲੀ ਚੜ੍ਹਨੇ ਆ। ਮਾਵਾਂ ਦੇ ਕਲੇਜੇ ਫੱਟਦੇ ਆ, ਮਾਵਾਂ ਦੇ ਕਲੇਜੇ ਜਦੋਂ ਪੁੱਤ ਤੋਰਨੇ ਪੈਂਦੇ ਆ ਜਹਾਨ ਤੋਂ, ਭੈਣਾਂ ਦੇ ਰੱਖੜੀ ਨੇੜੇ ਆ ਰਹੀ ਆ, ਉੱਧਰੋਂ ਕਿੰਨੀਆਂ ਭੈਣਾਂ ਦੇ ਭਰਾ ਮਰ ਰਹੇ ਆ, ਅਤੇ ਉਸ ਭੈਣਾਂ ਦੇ ਕੀ ਦਿਲ 'ਤੇ ਬੀਤਦੀ ਹੋਊਗੀ ਜਿਹਦਾ ਭਰਾ ਚਿੱਟੇ ਦਾ ਟੀਕਾ ਲਾ ਕੇ ਮਰ ਗਿਆ। ਹੁਣ ਦੱਸੋ ਅਸੀਂ ਕੀ ਕਰੀਏ? ਸਾਡੇ ਤੋਂ ਚਿੱਟਾ ਨਸ਼ਾ ਛੁੱਟਦਾ ਨਹੀਂ, ਨਸ਼ਾ ਸਾਡੇ ਤੋਂ ਛੁੱਟਦਾ ਨਹੀਂ, ਅਤੇ ਸਾਡੇ ਇੱਥੇ ਪੰਜਾਬ ਦੇ ਵਿੱਚ ਨਸ਼ਾ ਵਿਕਣਾ ਬੰਦ ਨਹੀਂ ਹੋ ਰਿਹਾ, ਲਗਾਤਾਰ ਚੱਲ ਰਿਹਾ ਵਾ। ਦਿਨੋ ਦਿਨ ਚਿੱਟਾ ਤਾਂ ਐਂ ਵਿਕਦਾ ਪਿਆ ਜਿਵੇਂ ਇੱਥੇ ਆਲੂ ਪਿਆਜ਼ ਵਿਕਦੇ ਹੁੰਦੇ ਆ।
ਆਲੂ ਪਿਆਜ਼ ਜਿਵੇਂ ਵਿਕਦੇ ਹੁੰਦੇ ਆ, ਐਂ ਚਿੱਟਾ ਵਿਕ ਰਿਹਾ। ਸਪਲਾਈ ਐਂ ਦਿਨੋ ਦਿਨ ਵੱਧਦੀ ਜਾ ਰਹੀ ਆ। ਇਹ ਕੈਪਟਨ ਸਰਕਾਰ ਕਹਿੰਦੀ ਅਸੀਂ ਨਸ਼ੇ ਨੂੰ ਠੱਲ ਪਾਤੀ। ਦੱਸੋ ਕਿਹੜੇ ਨਸ਼ੇ ਨੂੰ ਤੁਸੀਂ ਠੱਲ ਪਈ ਆ? ਕੋਈ ਨਸ਼ੇ ਨੂੰ ਠੱਲ ਨਹੀਂ ਪਈ, ਤੇ ਸਗੋਂ ਨਸ਼ਾ ਕੈਪਟਨ ਸਰਕਾਰ ਹੋਣ ਦੇ ਨਾਲ ਨਸ਼ਾ ਹੋਰ ਵੱਧ ਚੁੱਕਿਆ ਵਾ, ਹੋਰ ਜ਼ਿਆਦਾ ਨਸ਼ਾ ਉੱਥੇ ਵੱਧ ਚੁੱਕਿਆ ਵਾ। ਜੇ ਤੁਹਾਨੂੰ ਮੇਰੇ ਉੱਤੇ ਪਰਚਾ ਪਾਉਣ ਨਾਲ ਕੋਈ ਇਸ ਪ੍ਰਸ਼ਾਸਨ ਦਾ ਹੱਲ, ਮੈਂ ਪਰਚਾ ਪਾਉਣ ਨੂੰ ਆਪਣੇ ਤੇ ਤਿਆਰ ਆ। ਜੇ ਮੈਨੂੰ ਜਾਨੋਂ ਮਾਰ ਕੇ ਤੁਹਾਡਾ ਹੱਲ ਹੁੰਦਾ ਤਾਂ ਮੈਂ ਜਾਨੋਂ ਮਰਨ ਨੂੰ ਵੀ ਤਿਆਰ ਆ ਜੀ। ਪਰ ਇਸ ਮੇਰੇ ਮਰਨ ਨਾਲ ਪੰਜਾਬ ਦਾ ਕੋਈ ਬਚਾ ਨਹੀਂ ਹੋਣਾ। ਬੈਂਸ ਸਾਹਿਬ, ਸਾਨੂੰ ਤੁਹਾਡੇ ਉੱਤੇ ਪੂਰਾ ਮਾਣ ਹੈ। ਬੈਂਸ ਸਾਹਿਬ, ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ, ਤੁਸੀਂ ਸਾਨੂੰ ਬਚਾ ਸਕਦੇ ਹੋ। ਬੈਂਸ ਸਾਹਿਬ, ਸਾਨੂੰ ਬਚਾ ਲਓ ਨਸ਼ੇੜੀਆਂ ਨੂੰ। ਮੈਂ ਤੁਹਾਡੇ ਨਾਲ ਹਾਂ, ਮੈਂ ਇਕੱਲਾ ਇਕੱਲੇ ਟਿਕਾਣੇ ਚੁਕਾਉਣ ਨੂੰ ਤਿਆਰ ਹਾਂ। ਇਕੱਲੇ ਇਕੱਲੇ ਨਸ਼ੇੜੀ ਨੂੰ, ਇਕੱਲੇ ਇਕੱਲੇ ਜਿਹੜੇ ਨਸ਼ਾ ਤਸਕਰੀ ਵੇਚਦੇ ਆ, ਉਹਨਾਂ ਨੂੰ ਮੈਂ ਚੁਕਾਉਣ ਨੂੰ ਤਿਆਰ ਹਾਂ। ਬੈਂਸ ਸਾਹਿਬ, ਤੁਹਾਡੇ ਨਾਲ ਹਾਂ ਮੈਂ। ਮੈਂ ਤੁਹਾਡੇ ਦਫ਼ਤਰ ਦੇ ਵਿੱਚ ਆ ਕੇ ਤੁਹਾਡੇ ਨਾਲ ਉਹਨਾਂ ਬੰਦਿਆਂ ਨੂੰ ਆਪ ਚੁਕਾਵਾਂਗਾ ਜਿਹੜੇ ਨਸ਼ਾ ਤਸਕਰ ਆ। ਮੇਰਾ ਬਚਾਅ ਕੀਤਾ ਜਾਵੇ ਬੈਂਸ ਸਾਹਿਬ, ਮੇਰਾ ਬਚਾਅ ਕੀਤਾ ਜਾਵੇ। ਮੇਰੀ ਮਾਂ, ਮੇਰਾ ਪਿਓ ਰੋ ਰੋ ਕੇ ਕਮਲੇ ਹੋਏ ਪਏ, ਅਸੀਂ ਬੇਘਰ ਹੋਏ ਪਏ ਆ। ਬੈਂਸ ਸਾਹਿਬ, ਅਸੀਂ ਦੱਸੋ ਤੁਸੀਂ ਕਿੱਥੇ ਜਾਈਏ? ਅਸੀਂ, ਸਾਡਾ ਸਾਰਾ ਟੱਬਰ ਉੱਜੜ ਗਿਆ ਬੈਂਸ ਸਾਹਿਬ, ਅਸੀਂ ਕਿੱਥੇ ਜਾਈਏ? ਸਾਨੂੰ ਕੋਈ ਥਾਂ ਟਿਕਾਣਾ ਨਹੀਂ ਮਿਲਦਾ ਪਿਆ। ਅਸੀਂ ਮਾਂ ਪੁੱਤ ਸਾਰੇ, ਮੈਂ ਆਪਣੇ ਮਾਂ ਪਿਓ ਤੋਂ ਦੂਰ ਆ, ਮੇਰੇ ਮਾਂ ਪਿਓ ਨੂੰ ਨਹੀਂ ਪਤਾ ਮੈਂ ਕਿੱਥੇ ਆ, ਮੈਨੂੰ ਨਹੀਂ ਪਤਾ ਮੇਰੇ ਮਾਂ ਪਿਓ ਕਿੱਥੇ ਆ, ਉਹ ਵਿਚਾਰੇ ਪਤਾ ਨਹੀਂ ਕਿੱਥੇ ਧੱਕੇ ਖਾ ਰਹੇ ਆ, ਮੈਂ ਕਿੱਥੇ ਧੱਕੇ ਖਾ ਰਿਹਾ ਵਾਂ। ਜੇ ਸਾਡੇ ਤਿੰਨਾਂ ਦੀ ਮੌਤ ਦਾ ਜ਼ਿੰਮੇਵਾਰ ਹੈ ਪ੍ਰਸ਼ਾਸਨ ਹੋਊਗਾ, ਜੇ ਇਸ ਪੰਜਾਬ ਦੇ ਵਿੱਚ ਚਿੱਟਾ ਵਿਕਣਾ ਨਾ ਬੰਦ ਹੋਇਆ, ਇੱਕ ਇੱਕ ਕਰਕੇ ਮਾਵਾਂ ਦੇ ਪੁੱਤ ਬਰੀ ਚੜ ਰਿਹਾ। ਬੈਂਸ ਸਾਹਿਬ, ਤੁਹਾਡੇ ਵੀ ਮੁੰਡੇ ਆ, ਤੁਹਾਡੇ ਵੀ ਬੱਚੇ ਆ, ਦੱਸੋ ਅਸੀਂ ਕਿਹੜਾ ਕਿਤੇ ਸ਼ੁਰੂ ਤੋਂ ਜੰਮ ਦੇ ਨਸ਼ਾ ਕਰਨ ਲੱਗ ਗਏ ਸੀ? ਜੇ ਇਸ ਪੰਜਾਬ ਦੇ ਵਿੱਚ ਆਇਆ ਤਾਂ ਅਸੀਂ ਨਸ਼ਾ ਕਰਨ ਲੱਗੇ ਹਾਂ। ਹੁਣ ਸਾਡੇ ਨਸ਼ਾ ਛੁਡਾਇਆ ਜਾਵੇ, ਸਾਡਾ ਨਸ਼ਾ ਛੁਡਾਇਆ ਜਾਵੇ। ਬੈਂਸ ਸਾਹਿਬ, ਸਾਡਾ ਨਸ਼ਾ ਛੁਡਾਇਆ ਜਾਵੇ ਤੇ ਇਹਨਾਂ ਨਸ਼ਾ ਵੇਚਣ ਵਾਲਿਆਂ ਨੂੰ ਠੱਲ ਪਾਈ ਜਾਵੇ। ਮੈਨੂੰ ਇਨਸਾਫ਼ ਚਾਹੀਦਾ ਬੈਂਸ ਸਾਹਿਬ, ਮੈਨੂੰ ਇਨਸਾਫ਼ ਚਾਹੀਦਾ। ਮੈਂ ਮੰਨਦਾ ਮੈਂ ਗਲਤੀ ਕੀਤੀ ਹੈ, ਮੈਂ ਆਪਣੀ ਸਜ਼ਾ ਭੁਗਤਣ ਨੂੰ ਤਿਆਰ ਹਾਂ, ਪਰ ਇਸ ਨਸ਼ੇ ਨੂੰ ਠੱਲ ਪਾਈ ਜਾਵੇ, ਸਾਡਾ ਚਿੱਟਾ ਜਿਹੜਾ ਕੋਹੜ ਆ ਇਹ ਛੁਡਾਇਆ ਜਾਵੇ ਤੇ ਬਾਦਲਾਂ ਨੂੰ ਮੌਤ ਦਿੱਤੀ ਜਾਵੇ ਜਿਨ੍ਹਾਂ ਨੇ ਇੱਥੇ ਇਸ ਪੰਜਾਬ ਦੇ ਵਿੱਚ ਚਿੱਟੇ ਨਾਂ ਦੀ ਲਹਿਰ ਚਲਾਈ ਆ। ਅੱਜ ਤੱਕ ਘਰ ਘਰ ਦੇ ਵਿੱਚ ਲਹਿਰ ਚਿੱਟੇ ਦੀ ਆਈ ਪਈ ਆ, ਪਿੰਡਾਂ ਦੇ ਪਿੰਡ ਸੁੰਨੇ ਹੋ ਗਏ, ਜਨਾਨੀਆਂ ਰਹਿ ਗਈਆਂ ਇਹੋ ਜਿਹੇ ਪਿੰਡ ਆ ਜਿੱਥੇ ਇਕੱਲੀ ਆ ਜਨਾਨੀਆਂ ਰਹਿ ਗਈਆਂ, ਮਰਦ ਰਿਹਾ ਹੀ ਨਹੀਂ, ਕੋਈ ਬੰਦਾ ਕੋਈ ਰਿਹਾ ਹੀ ਨਹੀਂ। ਪ੍ਰਸ਼ਾਸਨ ਕੀ ਕਰਦਾ? ਪ੍ਰਸ਼ਾਸਨ ਨਸ਼ੇੜੀਆਂ ਨੂੰ ਸਾਡੇ ਤੇ ਉਲਟਾ ਪਰਚੇ, ਉਹਨਾਂ ਨੂੰ ਕੁਛ ਨਹੀਂ ਕਹਿੰਦਾ ਜਿਹੜੇ ਵੇਚਦੇ ਆ, ਜਿਹੜੇ ਵੇਚਦੇ ਉਹ ਸ਼ਰੇਆਮ ਵੇਚ ਰਹੇ ਆ। ਸਾਡੇ ਵਰਗੇ ਜਿਹੜੇ ਗਰੀਬ ਬੰਦੇ, ਮਾਤੜ ਬੰਦੇ ਆ, ਸਾਡੇ ਤੇ ਪਰਚਾ ਪਾ ਕੇ ਸਾਨੂੰ ਜੇਲ੍ਹਾਂ 'ਚ ਭੇਜ ਦਿੰਦੇ ਆ, ਫਿਰ ਸਾਡਾ ਕੀ? ਨਹੀਂ, ਸਾਨੂੰ ਜੇਲ੍ਹਾਂ 'ਚ ਭੇਜ ਦਿੰਦੇ ਆ, ਨਸ਼ਾ ਤਾਂ ਉਦਾਂ ਹੀ ਵਿਕ ਰਿਹਾ, ਸ਼ਰੇਆਮ ਨਸ਼ਾ ਵਿਕ ਰਿਹਾ। ਚੋਰੀਆਂ ਤਾਂ ਹੀ ਕਰਨਗੇ ਲੋਕ, ਮੇਰੇ ਵਰਗੇ, ਮੇਰੇ ਜਿਹੜੇ ਭਰਾ ਵਾ, ਹੋਰ ਮੇਰੇ ਨਸ਼ੇੜੀ ਭਰਾ ਵਾ, ਉਹ ਕਰਨਗੇ। ਜਦੋਂ ਉਹਨਾਂ ਨੂੰ ਘਰੋਂ ਨਹੀਂ ਪੈਸਾ ਮਿਲੂਗਾ ਤਾਂ ਅਸੀਂ ਨਸ਼ੇ ਦੀ ਤੋੜ 'ਚ ਮਰਦੇ ਹਾਂ, ਤਾਂ ਅਗਲਾ ਚੋਰੀਆ ਕਰਦਾ। ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਇਹ ਕਰਮ ਕੀਤਾ, ਮਾੜਾ ਕਰਮ ਕੀਤਾ। ਮੈਂ ਕੰਮ ਕਰਦਾ ਵਾਂ, ਮੈਂ ਅਲਮੋਨੀਅਮ ਦਾ ਕੰਮ ਕਰਦਾ, ਮੈਂ ਪੈਸੇ ਵਧੀਆ ਰੁਪਈਏ ਕਮਾਉਂਦਾ ਸੀ, ਪਰ ਮੈਨੂੰ ਆਹ ਹਫ਼ਤੇ ਤੋਂ ਕੋਈ ਕੰਮ ਨਹੀਂ ਸੀ ਆ ਰਿਹਾ, ਮੈਂ ਇੰਨਾ ਕੁ ਜ਼ਿਆਦਾ ਬੇਰੁਜ਼ਗਾਰ ਹੋ ਚੁੱਕਿਆ ਸੀ, ਮੈਨੂੰ ਇਦੋਂ ਇਲਾਵਾ ਕੋਈ ਚਾਰਾ ਨਹੀਂ ਦਿਖਿਆ। ਹੋਰ ਬੈਂਸ ਸਾਹਿਬ, ਇਦੋਂ ਇਲਾਵਾ ਕੋਈ ਚਾਰਾ ਨਹੀਂ ਦਿਖਿਆ, ਮੈਂ ਨਸ਼ੇ ਦੀ ਤੋੜ ਵਿੱਚ ਇਹ ਕਰਮ ਕਰ ਬੈਠਾ, ਮੈਂ ਆਪਣੀ ਸਜ਼ਾ ਭੁਗਤਣ ਨੂੰ ਤਿਆਰ ਹਾਂ। ਮੈਨੂੰ ਇਨਸਾਫ਼ ਚਾਹੀਦਾ ਬੈਂਸ ਸਾਹਿਬ, ਮੈਨੂੰ ਇਨਸਾਫ਼ ਚਾਹੀਦਾ, ਨਹੀਂ ਤਾਂ ਸਾਡੇ ਘਰ ਦੇ ਵਿੱਚ 3 ਮੌਤਾਂ ਹੋਣਗੀਆਂ, 3 ਮੌਤਾਂ ਦੀ ਜ਼ਿੰਮੇਵਾਰ ਉਹ ਪਰਿਵਾਰ ਹੋਊਗਾ ਅਤੇ ਕਾਨੂੰਨ ਹੋਊਗਾ, ਪ੍ਰਸ਼ਾਸਨ ਹੋਊਗਾ। ਬੈਂਸ ਸਾਹਿਬ, ਤੁਹਾਡੇ ਤੱਕ ਮੇਰੀ ਇਹੀ ਗੁਜ਼ਾਰਿਸ਼ ਆ, ਬਚਾ ਲਓ ਸਾਡੇ ਪੰਜਾਬ ਨੂੰ, ਬਚਾ ਲਓ, ਬਚਾ ਲਓ ਬੈਂਸ ਸਾਹਿਬ, ਬਚਾ ਲਓ।